ਲੈਂਡ ਕਰੂਜ਼ਰ ਜੀ ਚੌਧਰੀ ਜੀ, ਬਸ਼ੀਰਾ ਛੱਡ ਦਿਓ, ਘੋੜੀ ਗ੍ਰਿਫਤਾਰ ਕਰ ਲਓ। ਉਹਨੇ ਬਸ਼ੀਰਾ ਲੈ ਕੇ ਆਉਣਾ ਸੀ, ਉਹ ਨਿਰਾ ਸ਼ੀਰਾ ਲੈ ਕੇ ਆ ਗਈ। ਉਹ ਮੈਨੂੰ ਕਿਉਂ ਸੱਦਿਆ? ਦੱਸ ਲੈਂਦੀ ਆ ਤੈਨੂੰ ਵੀ, ਬਾਬੇ ਸਿਆਣੇ ਕਿਹੜੀ ਬੋਲਣਾ ਨਾਮ ਮਰਾਤਾ, ਆਪਣੇ ਨਾਲੋਂ ਤਗੜੀਆਂ ਮੁੱਛਾਂ ਚੁੱਕੀ ਫਿਰਦਾ। ਪੁੱਤ ਮੈਂ ਤੇ ਉਦੋਂ ਲੰਡਨ ਗਿਆ ਹਾਂ ਜਦੋਂ ਖਤ ਨਹੀਂ ਜਾਂਦਾ। ਏਡਾ ਸਖਤ ਡਰਿਆ ਨਾਲ ਮੇਰੀ ਵੀ ਜਾਨ ਕੱਢ ਛੱਡੀ। ਹੈ ਬਸ਼ੀਰਾ, ਮੂੰਹ ਵੇਖੋ ਇਹਦਾ, ਜਿਵੇਂ ਜੂਸ ਪੀ ਕੇ ਡੱਬੇ ਦਾ ਪਟਾਕਾ ਮਾਰਿਆ ਹੁੰਦਾ। ਬਸ਼ੀਰਿਆ, ਇਹ ਮੈਨੂੰ ਦੱਸ, ਤੁਹਾਡੇ ਘਰ ਚ ਚੋਰ ਚੋਰ ਦਾ ਰੌਲਾ ਕਿਉਂ ਪਿਆ? ਓ ਨਹੀਂ ਨਹੀਂ, ਏਡੀ ਗੱਲ ਨਹੀਂ ਹੈਗੀ। ਉਹ ਮੈਂ ਤੇ ਮੇਰੀ ਮਾਂ ਚੋਰ ਸਫਾਈ ਖੇਡਣ ਰਹੇ ਹਾਂ। ਗੱਲ ਮੈਨੂੰ ਮਸ਼ਕੂਕ ਲੱਗਣ ਡਈ ਏ, ਮਾਂ ਨਾਲ ਚੋਰ ਸਫਾਈ ਖੇਡਣ ਡੇ ਆ। ਓਏ ਲੈਂਡ ਕਰੂਜ਼ਰ ਜੀ ਚੌਧਰੀ, ਮਾਰਵਾ ਇਹਦੀ ਬੇਬੇ ਨੂੰ। ਓਏ ਇਹ ਬੇਬੇ, ਓਏ ਕਾ ਰੱਖੋ ਤੇਰਾ ਪਤਰ। ਲੈਂਡ ਕਰੂਜ਼ਰ ਜੀ ਚੌਧਰੀ ਜੀ, ਆਪੇ ਹੀ ਗੱਲ ਮੁਕਾ ਲੈ ਇਸ ਮਾਈ ਨਾਲ, ਮੇਰਾ ਨਾ ਦਸੀ ਇਹਨੂੰ। ਓ ਬਾਬਾ ਜੀ, ਮੇਰੀ ਮਾਂ ਨੂੰ ਨਾ ਬੁਲਾਓ, ਤੇ ਵਿਚਾਰੀ ਪਹਿਲਾਂ ਹੀ ਬੜੀ ਮਾਸੂਮਣੀ ਹੈ। ਤੇ ਮਾਸੂਮ ਨੂੰ ਨਹੀਂ ਪਤਾ ਹੁੰਦਾ ਚੋਰ ਕਦੋਂ ਆਇਆ ਤੇ ਕਦੋਂ ਗਿਆ? ਛਿੱਤਰ ਨਾ ਖਾਈ ਮੇਰੇ ਕੋਲ ਉਹਨੂੰ ਬੁਲਾ ਕੇ ਲਿਆ। ਬਾਬਾ ਜੀ, ਉਹ ਤੇ ਏਡੀ ਮਾਸੂਮ ਹੈ, ਅੱਜ ਤਾਂ ਜ਼ਲਜ਼ਲਾ ਨਹੀਂ ਆਇਆ। ਉਹ ਮੈਂ ਕਿਹਾ ਮਾਂ ਜ਼ਲਜ਼ਲਾ ਆਇਆ, ਕਹਿੰਦੀ ਪੁੱਤ ਬੈਠਕ 'ਚ ਬਿਠਾ ਮੈਂ ਆਉਣੀ ਆ। ਬੇਟਾ, ਇਹ ਮਾਸੂਮੀਅਤ ਨਹੀਂ, ਇਹ ਪਿੰਡਾਂ ਥਾਵਾਂ ਦੇ ਲੋਕਾਂ ਦੀ ਗੱਲ ਏ। ਮੈਂ ਕਿੰਨੀ ਦੇਰ ਬੈਠਾ ਰਿਹਾ, ਮੈਨੂੰ ਕਿਸੇ ਨੇ ਚਾਹ ਵੀ ਪੁੱਛੀ। ਜ਼ਲਜ਼ਲਾ ਵੀ ਕਿਸੇ ਬੰਦੇ ਦਾ ਨਾਂ ਹੋ ਸਕਦਾ? ਮੇਰਾ ਇੱਕ ਭਤੀਜਾ ਹੀ ਸ਼ਬਰਾਤ ਵਾਲੇ ਦਿਨ ਪੈਦਾ ਹੋਇਆ, ਉਹਦਾ ਨਾਂ ਸ਼ਬਰਾਤੀ ਪੈ ਗਿਆ। ਚਾਚਾ ਮੇਰਾ ਈਦ ਵਾਲੇ ਦਿਨ ਜੰਮਿਆ, ਉਹਦਾ ਨਾਂ ਈਦੂ ਪੈ ਗਿਆ। ਬੁਲਾਓ ਮਾਈ ਨੂੰ ਬਾਹਰ, ਉਹਦੇ ਕੋਲੋਂ ਪੁੱਛ ਗਿੱਛ ਕਰਨੀ ਹੈ। ਓ ਬੇਬੇ, ਅਰੇ ਕੀ ਗੱਲ ਵੇ, ਆ ਰੋਟੀ ਦੇ ਦੇ। ਰੋਵੇ, ਰੋਟੀ ਨੂੰ ਇੱਕ ਬੁਰਕੀ ਪਹਿਲੀ ਤਰੀਕ ਨੂੰ ਮੂੰਹ ਚ ਪਾਨਾ, 30 ਹੋ ਜਾਂਦੀ ਬੁਰਕੀ ਨਹੀਂ ਮੁੱਕਦੀ ਤੇਰੇ ਕੋਲੋਂ, ਫੇਰ ਰੋਟੀ ਮੰਗੀ ਜਾਣਾ। ਵੈਸੇ ਬਾਬਾ ਜੀ, ਤੁਹਾਡੇ ਮੂੰਹ 'ਚ ਤੇ ਐਗਜ਼ਾਸਟ ਫੈਨ ਵੀ ਲੱਗ ਸਕਦਾ। ਸਿਆਣੇ ਵੰਡ ਖਾਓ ਤੇ ਖੰਡ ਖਾਓ, ਇਹ ਮੈਨੂੰ ਦੱਸ। ਗੱਲ ਨਾ ਕੱਢੀਓ ਬਾਬੇ ਸਿਆਣੇ ਨੂੰ। ਗੱਲ ਨੀ ਕੱਢਣ ਡਈ, ਉਹ ਸਰੈਕੀ ਚ ਕਹਿਣ ਡਈ ਕੀ ਗੱਲ ਏ। ਓ ਮੇਰੇ ਨਾਲ ਸਿੱਧੀ ਗੱਲ ਕਰੋ, ਮੈਂ ਤੇ ਉਦੋਂ ਲੰਡਨ ਗਿਆ ਹਾਂ ਜਦੋਂ ਖਤ ਨਹੀਂ ਜਾਂਦਾ। ਮਗਰੋਂ ਲੱਥ, ਇਹ ਮੈਨੂੰ ਦੱਸ ਕੁੜੀਏ, ਆ ਤੂੰ ਚੋਰ ਚੋਰ ਦਾ ਰੌਲਾ ਕਿਉਂ ਪਾਇਆ? ਮੈਂ ਚੋਰ? ਨਾ 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 ਨਾ, ਅੱਬਾ ਚੋਰ ਚੋਰ ਦਾ ਸ਼ੋਰ ਮੱਚੇ ਤੇ ਨਾਲ ਮੈਂ ਵੀ ਲੱਗ ਗਈ ਚੋਰ ਚੋਰ ਚੋਰ। ਜੋ ਬਾਹਰ ਰੌਲਾ ਪਏਗਾ ਤੂੰ ਵੀ ਨਾਲ ਸ਼ੁਰੂ ਹੋ ਜਾਏਗੀ। ਕੋ ਬੰਦਾ ਬਾਹਰ ਅਮਰੂਦਾਂ ਦੀ ਆਵਾਜ਼ ਲਾਏਗਾ ਤੂੰ ਵੀ ਅੰਦਰ ਵੇਚਣ ਲੱਗ ਪੈਂਦੀ। ਕੋਈ ਬਾਹਰ ਬਾਹਰ ਕੋਈ ਬਾਬੇ ਨੂੰ ਗਾਲਾਂ ਕੱਢਣ ਲੱਗਾ ਤੂੰ ਵੀ ਕੱਢਣ ਲੱਗ ਪੈਂਦੀ। ਲੱਤਾਂ ਨਾਲ ਤਰੋੜ ਛੱਡੇਗਾ ਬਾਬਾ ਉਹਦੀਆਂ, ਬਾਬੇ ਨੂੰ ਗਾਲ ਕੱਢੇਗਾ। ਬਾਬਾ ਨੇ ਤੇ ਉਦੋਂ ਮੂੰਹ 'ਚ ਧੂੰਆਂ ਕੱਢਿਆ ਜਦੋਂ ਹੁੱਕਾ ਨਹੀਂ ਸੀ ਯਾਦ ਹੋਏ। ਲਾਡ ਤੋਂ ਤੇਰ ਤੇ ਹੁੱਕਾ ਨਹੀਂ ਆਜ਼ਾਦ ਹੋਇਆ ਤੇ ਬਾਬੇ ਦੇ ਮੂੰਹ 'ਚ ਚਿਮਣੀ ਲੱਗੀ ਹੀ ਹੋਏ। ਬੋਲੇ ਕੋਈ ਨਾ, ਤਫਤੀਸ਼ ਹੋਣ ਲੱਗੀ ਏ। ਮੈਨੂੰ ਦੱਸ, ਆਲੂਆਂ 'ਚ ਮੋਂਗਰੇ ਪਾਓ ਤੇ ਹਾਂਡੀ ਕਿਹੋ ਜਿਹੀ ਬਣ ਗਈ? ਨੀਲੇ ਰੰਗ ਦੀ। ਇਹ ਪੁੱਛਿਆ ਮੈਂ ਆਲੂ ਕੋਲੋਂ, ਇਹ ਜਵਾਬ ਮੋਂਗਰਾ ਦੇਣ ਡੇ ਆ। ਛਿੱਤਰ ਨਾ ਖਾਈ ਮੇਰੇ ਕੋਲੋਂ, ਇਹ ਤਫਤੀਸ਼ਾਂ ਐਵੇਂ ਨਹੀਂ ਹੁੰਦੀਆਂ, ਇਧਰੋਂ ਉਧਰੋਂ ਗੱਲ ਘੁਮਾ ਫਰਾ ਕੇ ਕਰਨੀ ਪੈਂਦੀ ਹੈ। ਜਿੱਥੋਂ ਤੱਕ ਮੈਂ ਪਹੁੰਚਿਆ ਆਈਡੀਏ ਤੇ,
ਆ ਜਿਹੜਾ ਚੋਰ ਚੋਰ ਦਾ ਰੌਲਾ ਪਿਆ ਇੱਕ ਗਲਤ ਫਹਿਮੀ ਇਸ ਵਾਸਤੇ ਅਦਾਲਤ ਬਰਖਾਸਤ ਕੀਤੀ ਜਾਂਦੀ ਮੈਂ ਕਿਹਾ ਜੀ ਹਾਂ ਜੀ ਮੈਂ ਜਾਵਾਂ 9 ਵਜੇ ਮਲਕਾਂ ਦੇ ਬਾਗ ਚਾਹੀਏ ਦੌੜ ਜਾ ਬਾਬਾ ਜੀ ਮੇਰੀ ਅੰਮੀ ਮੈਂ ਉਦੋਂ ਲੰਡਨ ਗਿਆ ਹਾਂ ਜਦੋਂ ਖੱਤ ਲਿਖੀ ਜਾਂਦੀ ਇਸ ਗੱਲ ਦਾ ਇਸ ਗੱਲ ਨਾਲ ਕੀਤਾ ਲੱਗ ਦੇਖੋ ਮੈਂ ਬੇਰੋਜ਼ਗਾਰ ਹਾਂ 50-50 ਰੁਪਈਏ ਇਕੱਠੇ ਕਰੋ ਤੇ ਅੱਧੇ ਇਹਨੂੰ ਦਿਓ ਤੇ ਅੱਧੇ ਬਾਬੇ ਨੂੰ ਦਿਓ ਨਹੀਂ ਮੈਨੂੰ ਇਮਦਾਦ ਦੇਣੀ ਲੋੜ ਮੈਂ ਕੋਈ ਏਡਾ ਬਗੈਰਤ ਨਹੀਂ ਅੱਲਾ ਨੇ ਮੈਨੂੰ ਹੱਥ ਪੈਰ ਦਿੱਤੇ ਨੇ ਕਮ ਅਜ਼ ਕਮ 100-100 ਰੁਪਇਆ ਤੇ ਦਿਓ ਅੱਲਾ ਮੇਰਾ ਜਾਣਦਾ ਮੈਨੂੰ ਚੜ ਜਾਏ ਕਿਤੇ ਗੁੱਸਾ ਤੇ ਹੋਕਾ ਹੋਵੇ ਮੇਰੇ ਕੋਲ ਤੇ ਤੈਨੂੰ ਸਿਰ ਚ ਫੜ ਕੇ ਤੇ ਮੈਂ ਹੋਕੇ ਚ ਫੇਰ ਲਾ ਬਾਬਾ ਜੀ ਕੁਛ ਪੈਸੇ ਮੇਰੇ ਕੋਲ ਆਏ ਨੇ ਹਣਾ ਕੁਛ ਪੈਸੇ ਤੁਸੀਂ ਪਾਓ ਤੇ ਮੈਂ ਇੱਥੇ ਮਸ਼ੀਨਾਂ ਲਾਉਣੀਆਂ ਨੇ ਕਾਹਦੀਆਂ ਮਸ਼ੀਨਾਂ ਲਾਉਣੀਆਂ ਚਾਹੁੰਦੇ ਕਾਕਾ ਉਹ ਬਾਬਾ ਜਿਹੜੀਆਂ ਘਰ ਘਰ ਜਾ ਕੇ ਆਪ ਮੰਗਣਗੀਆਂ ਓਏ ਹੋਸ਼ ਕਰ ਉਹ ਮਸ਼ੀਨਾਂ ਨਾਲ ਲਵਾ ਟੀਕੇ ਲਵਾ ਕਮਜ਼ੋਰ ਬਣਾ ਦੋ ਰਿਸਕ ਲੈਣ ਦੇ ਉਹ ਬਾਬਾ ਜੀ ਮੈਂ ਮਸ਼ੀਨਾਂ ਲਾਉਣੀਆਂ ਉਹ ਜਿਹਦੇ ਉੱਤੇ ਚੈਨਲ ਨਹੀਂ ਹੁੰਦਾ ਟੀਵੀ ਤੇ ਕੇਬਲ ਲਵਾਉਣੀ ਚਾਹੁੰਦਾ ਹਾਂ ਉਹ ਜਿਹਦੇ ਤੇ ਅੰਗਰੇਜ਼ੀ ਚੈਨਲ ਵੀ ਆਉਂਦਾ ਕਈ ਹੋਰ ਅਮਾਨ ਬਾਹਰ ਖਲੋ ਗਈ 10 ਕੰਨ ਚ ਨਾ ਵੜ ਜਾਵੀ ਗੱਲ ਸੁਣੋ ਬਾਈ ਇਹ ਜਿਹੜੀ ਕੇਬਲ ਹੈ ਤਲੀਮ ਫਲਾਨ ਦਾ ਬਹੁਤ ਅੱਛਾ ਜ਼ਰੀਆ ਹੈ ਹਾਂਜੀ ਪਿੰਡ ਚ ਕੇਬਲ ਹੋਣੀ ਚਾਹੀਦੀ ਹੈ ਲੋਕੀ ਤਲੀਮ ਯਾਫਤਾ ਹੋ ਜਾਣਗੇ ਨਹੀਂ ਬਾਬਾ ਜੀ ਨਹੀਂ ਕੇਬਲ ਆਵੇਗੀ ਪਿੰਡ ਚ ਮਗਰ ਉਹਦੀ ਇੱਕ ਸ਼ਰਤ ਹੈ ਹੋਊਗੀ ਟੈਲੀਵਿਜ਼ਨ ਕੋਈ ਨਹੀਂ ਖਰੀਦੇਗਾ ਹੈ ਬਹੁਤ ਅੱਛੇ ਤੇ ਕੇਬਲ ਤੇ ਅਸਾਂ ਚਿੜੀਆਂ ਬਣਾਉਣੀਆਂ ਉਹ ਬਾਬਾ ਜੀ ਟੀਵੀ ਕੋਈ ਨਹੀਂ ਲਏਗਾ ਤੇ ਕੇਬਲ ਲੋਟੇ ਚ ਲਾਉਣੀ ਟੀਵੀ ਸਿਰਫ ਮੇਰੇ ਘਰ ਚ ਹੋਵੇਗਾ ਮੈਂ ਸਾਰੇ ਪ੍ਰੋਗਰਾਮ ਵੇਖਾਂਗਾ ਤੁਸੀਂ ਸਾਰੇ ਬੂਹੇ ਦੇ ਬਾਹਰ ਬੈਠੇ ਹੋਵੋਗੇ ਮੈਂ ਪ੍ਰੋਗਰਾਮ ਵੇਖ ਕੇ ਬਾਹਰ ਆ ਕੇ ਤੁਹਾਨੂੰ ਸਟੋਰੀਆਂ ਸੁਣਾਵਾਂਗਾ ਮੈਂ ਕਹਿੰਦਾ ਬਾਬਾ ਇਸ ਪਿੰਡ 'ਚ ਕੇਬਲ ਨਹੀਂ ਆਉਂਦੇ ਨੇ ਮੈਂ